हां जी भाई की नाम जी बॉबी ग्रीव नानाला जी मैं सत श्री अकाल जी सारेयां नूं हाथ जोड़ के बेनती है जी मैं इस खुशी दे विच लंगर लगाया गया जी जो भी सरिया मेरे कोलों कि दिल्ली तो किसानी मोर्चा जित के अपने घर परते है जी वापस बहुत खुशी वाली गल हुई जी इस करके उन्होंने स्वागत लिए लाया गया जी लंगर। हाँ जी भाई की नाम जी मेरा नाम नगेंद्र सिंह सोहल है जी। सोहल साहब जिमें कि अज बॉबी नाना वाले वालों जिहड़ा है किसानों की जित के संबंध में लंगर लगाया गया की कहना चाहोगे? सानूं बहुत खुशी है जी साडे भरा ने कहा सीगा जो किसान जित के आऊंगे उस खुशी में अं फ्री नाना लंगर लावांगे साडे भरा ने वो लंगर अज लाया अं सहयोग में खड़े हैं जी। जिदा हुण किसानों की जित हुई की कहना चाहोगे? सानूं बहुत इस गल की खुशी है जी मोदी सरकार ने जो तीन काले कानून रद्द करते हैं जी सानूं उस गल की खुशी है जी बहुत ज़्यादा खुशी है सारे किसानों में। ਭਾਜੀ ਕੀ ਨਾਮ ਜੀ? ਭਾਜੀ ਮੇਰਾ ਨਾਮ ਮੰਨਾ ਨੇ ਪੁੱਤਰ। ਕੀ ਕਹੋਗੇ ਅੱਜ ਦੇ ਦਿਨ ਤੇ? ਅੱਜ ਆਪਣੇ ਨਾਲ ਬੋਬੀ ਭਾਜੀ ਨੇ ਥੋੜਾ ਟਾਈਮ ਪਹਿਲੇ ਪਿਛਲੇ ਸਾਲ ਹੀ ਕਹਿਤਾ ਸੀ ਵੀ ਜਦੋਂ ਕਿਸਾਨੀ ਅੰਦੋਲਨ ਦੀ ਜਿੱਤ ਹੋਵੇਗੀ ਵੀ ਉਸ ਖੁਸ਼ੀ ਵਿੱਚ ਇੱਕ ਦਿਨ ਲੰਗਰ ਲਾਇਆ ਜਾਵੇਗਾ ਤੇ ਬੋਬੀ ਭਾਜੀ ਨੇ ਆਪਣੇ ਪੂਰੇ ਬੋਲ ਲਗਾਏ ਹੈ। ਇਹ ਜਿਹੜਾ ਲੰਗਰ ਲਗਾਇਆ ਗਿਆ ਕੀ ਜਿਹੜਾ ਹੈਗਾ ਕੀ ਕਾਰਨ ਹੋਇਆ ਜਿਹੜਾ ਲਗਾਇਆ ਗਿਆ ਅੱਜ? ਇਹ ਭਾਜੀ ਜਿਹੜੇ ਤਿੰਨ ਕਾਣੇ ਕਾਨੂੰਨਾਂ ਦੇ ਰੌਲਾ ਸੀਗਾ ਜੀ ਉਹਦੇ ਚੱਕਰ ਵਿੱਚ ਕਾਨੂੰਨ ਰੱਦ ਹੋਣ ਦੀ ਖੁਸ਼ੀ ਵਿੱਚ ਬੋਬੀ ਭਾਜੀ ਨੇ ਇਹ ਲੰਗਰ ਲਾਇਆ। ਤੁਸੀਂ ਦਿੱਲੀ ਗਏ ਸੀ? ਹਾਂਜੀ ਹਾਂਜੀ। ਕਿੰਨੀ ਵਾਰ? ਮੈਂ ਗਿਆ ਜੀ 5 ਕੁ ਵਾਰ। ਕਿੱਦਾਂ ਦਾ ਮਾਹੌਲ ਰਿਹਾ ਉੱਥੇ ਦਾ? ਮਾਹੌਲ ਪੂਰਾ ਵਧੀਆ ਜੀ ਬਿਲਕੁਲ ਪੰਜਾਬ ਹੀ ਬਣਾਇਆ ਸੀ ਸਾਰਿਆਂ ਨੇ ਜੀ ਨਾਲ ਮਿਲ ਕੇ। ਤੇ ਹੁਣ ਜਦੋਂ ਘਰਾਂ 'ਚ ਆਏ ਆ ਕਿੱਦਾਂ ਦਿੱਲੀ ਦੀ ਯਾਦ ਆਉਂਦੀ ਕਿ ਨਹੀਂ? ਹਾਂਜੀ ਆਉਂਦੀ ਆ ਜੀ। ਕੀ ਕਹਿਣਾ ਚਾਹੋਗੇ? ਬਸ ਜੀ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਸਾਰੇ ਜਣਿਆਂ ਨੇ ਇਕੱਠਿਆਂ ਨੇ ਮੋਰਚਾ ਜਿੱਤਿਆ ਜੀ ਵਿੱਚ ਸਾਰਿਆਂ ਦਾ ਹੀ ਯੋਗਦਾਨ। ਹਾਂਜੀ ਭਾਜੀ ਕੀ ਨਾਮ ਜੀ? ਲਖਵੀਰ ਸਿੰਘ। ਲਖਵੀਰ ਸਿੰਘ ਜੀ ਜਿਹੜਾ ਅੱਜ ਬੋਬੀ ਨਾਨਾ ਵਾਲੇ ਵੱਲੋਂ ਲੰਗਰ ਲਗਾਇਆ ਗਿਆ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਉਪਰਾਲਾ ਜੀ। ਬੋਬੀ ਭਾਈ ਨੇ ਐਲਾਨ ਕੀਤਾ ਸੀ ਕਿ ਜਦੋਂ ਆਪਣੇ ਕਿਸਾਨ ਭਰਾ ਉੱਥੋਂ ਜਿੱਤ ਕੇ ਆਉਣਗੇ ਉਹਨਾਂ ਦੀ ਖੁਸ਼ੀ ਵਿੱਚ ਇੱਥੇ ਲੰਗਰ ਲਗਾਇਆ ਜਾਊਗਾ ਅਤੇ ਉਹ ਭਾਜੀ ਨੇ ਆਪਣਾ ਅੱਜ ਵਾਅਦਾ ਪੂਰਾ ਕੀਤਾ ਆ ਅਤੇ ਆਪਾਂ ਨੂੰ ਬਹੁਤ ਖੁਸ਼ੀ ਹੈ। ਪਹਿਲਾਂ ਵੀ ਆਪਣੇ ਨਾਲ ਪੂਰਾ ਸਹਿਯੋਗ ਕਰਦੇ ਆ ਅਤੇ ਆਪਾਂ ਇਹਨਾਂ ਨਾਲ ਪੂਰਾ ਡੱਟ ਕੇ ਖੜੇ ਹਾਂ। ਤੁਸੀਂ ਦਿੱਲੀ ਗਏ ਸੀ? ਮੈਂ ਗਿਆ ਸਰ। ਕਿੰਨੀ ਵਾਰ? 5-6 ਵਾਰ ਜਾ। ਕਿੱਦਾਂ ਦਾ ਮਾਹੌਲ ਸੀ ਉੱਥੇ ਦਾ? ਮਾਹੌਲ ਬਹੁਤ ਵਧੀਆ ਸਰ। ਹੁਣ ਸਮਾਨ ਉੱਥੋਂ ਚੱਕ ਕੇ ਲਿਆਏ ਆ ਅਤੇ ਉੱਥੇ ਜਦੋਂ ਸਮਾਨ ਉਖਾੜਦੇ ਸੀ ਤਾਂ ਸਾਨੂੰ ਜਦੋਂ ਲਾਇਆ ਸੀ ਅਤੇ ਜਦੋਂ ਖਾੜਦੇ ਸੀ ਉਦੋਂ ਬਹੁਤ ਦੁੱਖ ਹੋ ਰਿਹਾ ਸੀ ਅਤੇ ਸਮਾਨ ਜਾ ਕੇ ਲੈ ਕੇ ਆਏ ਆ। ਉੱਥੇ ਇੱਕ ਨਿਸ਼ਾਨੀ ਛੱਡ ਕੇ ਆਏ ਆ, ਉੱਥੇ ਬੂਟੇ ਵੀ ਲਾਏ ਆ। ਜਦੋਂ ਦਿੱਲੀ ਜਾਵਾਂਗੇ ਹਮੇਸ਼ਾ ਉੱਥੇ ਖੜ ਕੇ 10 ਮਿੰਟ ਦੇਖ ਕੇ ਆਵਾਂਗੇ। ਅਤੇ ਹੁਣ ਕਿੱਦਾਂ ਪੰਜਾਬ 'ਚ ਆ ਕੇ ਕਿੱਦਾਂ ਦਾ ਜਿਹੜਾ ਮਹਿਸੂਸ ਹੁੰਦਾ? ਪੰਜਾਬ ਜਾ ਕੇ ਹੁਣ ਸਰ ਇੱਕ ਤਾਂ ਚੰਗਾ ਮਹਿਸੂਸ ਹੋ ਰਿਹਾ ਕਿ 3 ਕਾਨੂੰਨ ਜਿਹੜੇ ਉਹ ਰੱਦ ਹੋ ਗਏ ਆ, ਪਰ ਉੱਥੇ ਹੁਣ 1 ਸਾਲ ਲਗਾਤਾਰ ਸੇਵਾ ਕਰਨ ਦੇ ਬਾਵਜੂਦ ਅਤੇ ਉੱਥੇ ਦੀ ਯਾਦ ਵੀ ਆਉਂਦੀ। ਠੀਕ ਹੈ।